ਚੰਨੀ ਕਿਸ ਤਰ੍ਹਾਂ ਦੇਖਦੇ ਤੁਸੀਂ ਇਲੈਕਸ਼ਨ ਲਈ ਆ ਰਹੇ ਨੇ, ਵਿਧਾਨ ਸਭਾ ਚੁਣਾਵ ਦੇ ਦੂਜਾ ਫੇਸ ਸ਼ੁਰੂ ਹੋਣ ਵਾਲਾ 25 ਨੂੰ? ਇੱਦਾਂ ਹੈ ਕਿ ਜੰਮੂ ਕਸ਼ਮੀਰ ਦੇ ਲੋਕ BJP ਤੋਂ ਬਹੁਤ ਜ਼ਿਆਦਾ ਦੁਖੀ ਹੈ, ਜਿਨ੍ਹਾਂ ਨੇ ਇੱਥੋਂ ਦੇ ਰਾਜ ਦੇ ਅਧਿਕਾਰ ਖੋਲ੍ਹੇ, ਖੇਰੂ ਖੇਰੂ ਕਰਤਾ ਜੰਮੂ ਕਸ਼ਮੀਰ ਨੂੰ, ਵੱਖ ਵੱਖ ਹਿੱਸਿਆਂ 'ਚ ਵੰਡਤਾ, ਇੱਕ ਰਾਜ ਤੋਂ ਬਾਹਰ ਯੂਨੀਅਨ ਟੈਰੀਟਰੀ ਬਣਾਤਾ, ਅਤੇ ਲੋਕ ਅੱਜ ਬਦਲਾ ਲੈਣਾ ਚਾਹੁੰਦੇ ਉਹਨਾਂ ਤੋਂ। ਪਿਛਲੇ 10 ਸਾਲਾਂ 'ਚ ਇੱਥੇ ਕਰਪਸ਼ਨ ਹੋਈ, ਇੱਥੇ ਬੇਰੁਜ਼ਗਾਰੀ ਆ ਗਈ, ਇੱਥੇ ਮਹਿੰਗਾਈ ਆ ਗਈ, ਲੋਕ ਬੇਹਾਲ ਹੋ ਗਏ ਹੈ, ਲੋਕਾਂ ਦਾ ਇੰਟਰਨੈਟ ਬੰਦ ਰਿਹਾ 8-8 ਮਹੀਨੇ। ਸੋ ਉਹ ਸਾਰੀਆਂ ਗੱਲਾਂ ਨੂੰ ਦੇਖ ਕੇ ਅੱਜ BJP ਦੇ ਖਿਲਾਫ ਮਾਹੌਲ ਹੈ ਇੱਥੇ, ਅਤੇ BJP ਨੂੰ ਬੁਰੀ ਤਰ੍ਹਾਂ ਹਰਾ ਰਹੇ ਨੇ। ਰਾਹੁਲ ਗਾਂਧੀ ਸਟੇਟਹੁੱਡ ਦੀ ਗੱਲ ਕਰ ਰਹੇ ਨੇ, ਸਟੇਟਹੁੱਡ ਦੀ ਗੱਲ ਕਰ ਰਹੇ ਨੇ, ਕਿਸ ਤਰ੍ਹਾਂ ਦੇਖੋਗੇ ਸਟੇਟਹੁੱਡ? ਇੱਥੋਂ ਦਾ ਜਿਹੜਾ ਰਾਜ ਦੇ ਅਧਿਕਾਰ ਹੈ, ਸਟੇਟਹੁੱਡ ਹੈ, ਉਹ ਵਾਪਸ ਕਰਾਵਾਂਗੇ, ਕਾਂਗਰਸ ਪਾਰਟੀ ਦੀ ਇੱਕ ਕਮਿਟਮੈਂਟ। ਇਹ ਸਨ ਚੰਨੀ ਜੀ, ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਨੇ ਕਿਹਾ ਕਿ ਜੇ ਉਹਨਾਂ ਸਰਕਾਰ ਆਉਂਦੀ ਹੈ ਸਟੇਟਹੁੱਡ ਨੂੰ ਵਾਪਸ ਕਰਾਉਣਗੇ, ਅਤੇ ਜਿਹੜੀਆਂ ਧਾਂਦਲੀਆਂ ਕੀਤੀਆਂ ਨੇ BJP ਸਰਕਾਰ ਨੇ ਉਹਨਾਂ ਦੇ ਖਿਲਾਫ, ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਮਾਹੌਲ ਬਣ ਰਿਹਾ। ਇਹ ਚੰਨੀ ਦਾ ਕਹਿਣਾ ਸੀ ਕਿ ਜ਼ਰੂਰ ਸਰਕਾਰ ਉਹਨਾਂ ਦੀ ਬਣੇਗੀ, ਕੋਮਨ ਮਿਨੀ ਪ੍ਰੋਗਰਾਮ ਜਿਹੜਾ ਬਣੇਗਾ ਦੋਵਾਂ ਪਾਰਟੀਆਂ ਦਾ ਨੈਸ਼ਨਲ ਕਾਨਫਰੰਸ, ਉਹਨੂੰ ਲਾਗੂ ਕੀਤਾ ਜਾਏਗਾ। ਚੰਨੀ ਕਿਸ ਤਰ੍ਹਾਂ ਦੇਖਦੇ ਤੁਸੀਂ ਇਲੈਕਸ਼ਨ ਲਈ ਆ ਰਹੇ ਨੇ, ਵਿਧਾਨ ਸਭਾ ਚੁਣਾਵ ਦੇ ਦੂਜਾ ਫੇਸ ਸ਼ੁਰੂ ਹੋਣ ਵਾਲਾ 25 ਨੂੰ? ਇੱਦਾਂ ਹੈ ਕਿ ਜੰਮੂ ਕਸ਼ਮੀਰ ਦੇ ਲੋਕ BJP ਤੋਂ ਬਹੁਤ ਜ਼ਿਆਦਾ ਦੁਖੀ ਹੈ, ਜਿਨ੍ਹਾਂ ਨੇ ਇੱਥੋਂ ਦੇ ਰਾਜ ਦੇ ਅਧਿਕਾਰ ਖੋਲ੍ਹੇ, ਖੇਰੂ ਖੇਰੂ ਕਰਤਾ ਜੰਮੂ ਕਸ਼ਮੀਰ ਨੂੰ, ਵੱਖ ਵੱਖ ਹਿੱਸਿਆਂ 'ਚ ਵੰਡਤਾ, ਇੱਕ ਰਾਜ ਤੋਂ ਬਾਅਦ ਯੂਨੀਅਨ ਟੈਰੀਟਰੀ ਬਣਾਤਾ, ਅਤੇ ਲੋਕ ਅੱਜ ਬਦਲਾ ਲੈਣਾ ਚਾਹੁੰਦੇ ਆ ਉਹਨਾਂ ਤੋਂ। ਪਿਛਲੇ 10 ਸਾਲਾਂ 'ਚ ਇੱਥੇ ਕਰਪਸ਼ਨ ਹੋਈ, ਇੱਥੇ ਬੇਰੁਜ਼ਗਾਰੀ ਆ ਗਈ, ਇੱਥੇ ਮਹਿੰਗਾਈ ਆ ਗਈ, ਲੋਕ ਬੇਹਾਲ ਹੋ ਗਏ ਹੈ, ਲੋਕਾਂ ਦਾ ਇੰਟਰਨੈਟ ਬੰਦ ਰਿਹਾ 8-8 ਮਹੀਨੇ। ਸੋ ਉਹ ਸਾਰੀਆਂ ਗੱਲਾਂ ਨੂੰ ਦੇਖ ਕੇ ਅੱਜ BJP ਦੇ ਖਿਲਾਫ ਮਾਹੌਲ ਹੈ ਇੱਥੇ, ਅਤੇ BJP ਨੂੰ ਬੁਰੀ ਤਰ੍ਹਾਂ ਹਰਾ ਰਹੇ ਨੇ। ਰਾਹੁਲ ਗਾਂਧੀ ਸਟੇਟਹੁੱਡ ਦੀ ਗੱਲ ਕਰ ਰਹੇ ਨੇ, ਕਿਸ ਤਰ੍ਹਾਂ ਦੇਖੋਗੇ ਸਟੇਟਹੁੱਡ? ਇੱਥੋਂ ਦਾ ਜਿਹੜਾ ਰਾਜ ਦੇ ਅਧਿਕਾਰ ਹੈ, ਸਟੇਟਹੁੱਡ ਹੈ, ਉਹ ਵਾਪਸ ਕਰਾਵਾਂਗੇ, ਕਾਂਗਰਸ ਪਾਰਟੀ ਦੀ ਇੱਕ ਕਮਿਟਮੈਂਟ। ਇਹ ਸਨ ਚੰਨੀ ਜੀ, ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਨੇ ਕਿਹਾ ਕਿ ਜੇ ਉਹਨਾਂ ਸਰਕਾਰ ਆਉਂਦੀ ਹੈ ਸਟੇਟਹੁੱਡ ਨੂੰ ਵਾਪਸ ਕਰਾਉਣਗੇ, ਅਤੇ ਜਿਹੜੀਆਂ ਧਾਂਦਲੀਆਂ ਕੀਤੀਆਂ ਨੇ BJP ਸਰਕਾਰ ਨੇ ਉਹਨਾਂ ਦੇ ਖਿਲਾਫ, ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਮਾਹੌਲ ਬਣ ਰਿਹਾ। ਇਹ ਚੰਨੀ ਦਾ ਕਹਿਣਾ ਸੀ ਕਿ ਜ਼ਰੂਰ ਸਰਕਾਰ ਉਹਨਾਂ ਦੀ ਬਣੇਗੀ, ਕੋਮਨ ਮਿਨੀ ਪ੍ਰੋਗਰਾਮ ਜਿਹੜਾ ਬਣੇਗਾ ਦੋਵਾਂ ਪਾਰਟੀਆਂ ਦਾ ਨੈਸ਼ਨਲ ਕਾਨਫਰੰਸ, ਉਹਨੂੰ ਲਾਗੂ ਕੀਤਾ ਜਾਏਗਾ। ਦੇਖ ਰਹੇ ਹੋ ਕੈਮਰਾਮੈਨ ਗਗਨਦੀਪ ਜ਼ਾ ਸਰਜੀਤ, ਜੰਮੂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।